ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧੂ ਲੈ ਕੇ ਹਾਜ਼ਰ ਹਾਂ ਭਾਰਤ ਨਾਲ ਜੁੜੀਆਂ ਅਹਿਮ ਖਬਰਾਂ ਐਂਡ ਥਿਸ ਵੀਕ ਨੇ ਸਪਾਂਸਰਡ ਬਾਈ ਸ਼ੀਰਾਟਾ ਮਿਲਨਕੇੜਾ ਐਂਡ ਸਟਾਰ ਗੇਟ ਲੇਜਿਸਟਿਕਸ ਕੇਜੀ ਵਾਲੇ ਤੇ ਭਗਵੰਤ ਮਾਨ ਵੱਲੋਂ ਡੋਣਾ ਦੇ ਵਿੱਚ ਧੰਨਵਾਦ ਰੈਲੀ ਹਵਾ ਪ੍ਰਦੂਸ਼ਣ ਸੰਬੰਧੀ ਚਨਹਿਿੱਤ ਪਟੀਸ਼ਨਾਂ ਤੇ ਸੁਣਵਾਈ ਦੇਸ਼ ਰਾਸ਼ਟਰਪਤੀ ਮੁਰਮੋ ਅਲਜ਼ਜ਼ੀਰੀਆ ਪਹੁੰਚੀ ਕੋਲਕਾਤਾ ਕਾਂ ਦੇਸ਼ ਪਾਰ ਵਿੱਚ ਚੁਣ ਗਿਆ ਸੇ ਸੇਵਾਵਾਂ ਦੇ ਵਾਈਕਾਰ ਦਾ ਸੱਦਾ ਪਰਿਵਾਰ ਵੱਲੋਂ ਸਾਬਕਾ ਪ੍ਰੋਫੈਸਰ ਸਾਈ ਬਾਬਾ ਦੀ ਦੇ ਮੈਡੀਕਲ ਕਾਲਜ ਨੂੰ ਦਾਨ ਲਦਾਖ ਪਵਨ ਦੇ ਬਾਹਰੋਂ ਵਾਂਗ ਚੁਕ ਦੇ ਕਈ ਸਾਥੀ ਲੈ ਗਏ ਹਿਰਾਸਤ ਅਸਾਮ ਚ 4.2 ਸ਼ਿੱਦਤ ਵਾਲੇ ਪੁਚਾਲ ਦੇ ਝਟਕੇ ਮਹਿਸੂਸ ਜੰਮੂ ਕਸ਼ਮੀਰ ਚ 6 ਸਾਲਾਂ ਬਾਅਦ ਹਟਿਆ ਰਾਸ਼ਟਰਪਤੀ ਸ਼ਾਸਨ ਪੱਛਮੀ ਬੰਗਾਲ ਦੇ ਇੱਕ ਹੋਰ ਹਸਪਤਾਲ ਦੇ 70 ਡਾਕਟਰਾਂ ਵੱਲੋਂ ਸਮੂਹਿਕ ਅਸਤੀਫੇ ਦੇਣ ਦੀ ਧਮਕੀ ਗੀਤਾ ਜਯੰਤੀ ਐਕਸਪ੍ਰੈਸ ਦੇ ਡੱਬੇ ਵਿੱਚ ਲੱਗੀ ਅੱਗ ਹੁਣ ਖਬਰਾਂ ਵਿਸਾਰ ਨਾਲ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਡੋਡਾ ਤੋਂ ਆਮ ਆਦਮੀ ਪਾਰਟੀ ਮੀਦਵਾਰ ਮਹਿਰਾਜ ਮਲਿਕ ਨੂੰ ਮਿਲੀ ਜਿੱਤ ਦੀ ਖੁਸ਼ੀ ਵਿੱਚ ਆਪ ਸੁਪਰੀਮੋ ਅਰਵਿੰਦ ਕੇ ਜੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਨੇ ਡੋਡਾ ਵਿੱਚੋਂ ਧੰਨਵਾਦ ਰੈਂਦੀ ਕੀਤੀ ਹੈ ਪਾਰਟੀ ਦੀ ਦੋਮਾ ਸੀਨੀਰ ਆਗੂਆਂ ਨੇ ਜਿੱਥੇ ਡੋਡਾ ਦੇ ਲੋਕਾਂ ਦਾ ਧੰਨਵਾਦ ਕੀਤਾ ਉਥੇ ਮਹਿਰਾਜ ਮਲਿਕ ਨੂੰ ਵੀ ਜਿੱਤ ਲਈ ਵਧਾਈ ਦਿੰਦੀ ਹੈ ਕੇ ਜੀਵਾਲ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਡੋਡਾ ਵਿੱਚੋਂ ਆਪ ਦਾ ਬੀਜ ਬੋ ਦਿੱਤਾ ਇਹ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੀ ਸੇਵਾ ਲਈ ਦਿਨ ਰਾਤੇ ਕਰਕੇ ਕੰਮ ਕਰੇਗੀ ਆਪ ਆਉਣ ਵਾਲੇ ਦਸਾਲਾ ਵਿੱਚ ਜੰਮੂ ਕਸ਼ਮੀਰ ਦੀ ਨਿਹਾਰ ਬਦਲ ਕੇ ਰੱਖ ਦੇਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਡੋਡਾ ਵਿਧਾਨ ਸਭਾ ਹਲਕੇ ਦਾ ਨਾਮ ਜੰਮੂ ਕਸ਼ਮੀਰ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਪ੍ਰਸ਼ੋਚਾਰ ਵਿਰੁੱਧ ਜੋ ਅੰਦੋਲਨ ਸ਼ੁਰੂ ਕੀਤਾ ਸੀ ਉਹ ਰੰਗ ਲਿਆ ਰਿਹਾ ਹੈ ਸ਼੍ਰੀਮਾਨ ਨੇ ਕਿਹਾ ਕਿ ਆਪ ਨੇ ਲਗਾਤਾਰ ਤਿੰਨ ਵਾਰ ਦਿੱਲੀ ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਹੈ ਇਸ ਸਾਲ 2022 ਵਿੱਚ ਪੰਜਾਬ ਦੇ 117 ਚੋਂ 92 ਸੀਟਾਂ ਦੇ ਜਿੱਤ ਹਾਸਲ ਕਰਕੇ ਆਪ ਦੀ ਸਰਕਾਰ ਬਣੀ ਹੈ। ਇਸ ਤੋਂ ਇਲਾਵਾ ਗੁਜਰਾਤ ਵਿੱਚ 5 ਅਤੇ ਗੋਆ ਵਿੱਚ 2 ਵਿਧਾਇਕ ਹੈ। ਕਮੀ ਰਾਸਾਨੀ ਜੋ ਹਵਾ ਪ੍ਰਦੂਸ਼ਣ ਤੇ ਕੰਟਰੋਲ ਨਾਲ ਸਬੰਧਿਤ ਜਨਹਿਤ ਪਟੀਸ਼ਨਾਂ ਉੱਪਰ ਸੁਪਰੀਮ ਕੋਰਟ ਚ ਪਲਕੇ ਸੁਣਵਾਈ ਕੀਤੀ ਜਾਵੇਗੀ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਕਮਕਾਰਜੀ ਸੂਚੀ ਮੁਤਾਬਿਕ 24 ਆਭੀ ਐਸਓਕਾ ਤੇ ਏਜੀ ਮਸੀਹ ਤੇ ਬੈਂਚ ਵੱਲੋਂ ਇਸ ਮਾਮਲੇ ਤੇ 14 ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ ਪਿਛਲੀ ਸੁਣਵਾਈ ਦੌਰਾਨ ਸਿੱਖਲੀਏਦਾਰ ਨੇ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਤੋਂ ਮਾਮੂਲੀ ਜੁਰਮਾਨਾ ਵਸੂਲਣ ਤੇ ਸਵਾਲ ਖੜੇ ਕਰਦੇ ਹਵਾ ਗੁਣਵਤਾ ਪ੍ਰਬੰਧਨ ਬਾਰੇ ਕਮਿਸ਼ਨ ਦੀ ਖਿਚਾਈ ਕੀਤੀ Sí. ਰਾਸ਼ਟਰਪਤੀ ਦ੍ਰੋਪਤੀ ਮੁਰਮੂ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਅਲ ਜਜ਼ੀਰੀਆ ਪਹੁੰਚ ਗਈ ਹੈ ਜਿੱਥੇ ਉਹਨਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਹੈ ਭਾਰਤ ਦੇ ਰਾਸ਼ਟਰਪਤੀ ਦੇ ਅਧਿਕਾਰਤ ਹੱਨਲ ਉਤੇ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਅਲ ਜਜ਼ੀਰੀਆ ਪਹੁੰਚੀ ਹੈ ਕਿਸੇ ਭਾਰਤੀ ਰਾਸ਼ਟਰਪਤੀ ਦਾ ਅਲ ਜਜ਼ੀਰਾ ਦਾ ਪਹਿਲਾ ਵਾਰ ਹੈ ਕਿਹਾ ਗਿਆ ਹੈ ਕਿ ਹਵਾਈ ਅੱਡੇ ਤੇ ਰਾਸ਼ਟਰਪਤੀ ਦਾ ਸਵਾਗਤ ਅਲ ਜਜ਼ੀਰੀਆ ਦੇ ਰਾਸ਼ਟਰਪਤੀ ਅਬਦਲ ਮਜੀਦ ਤੈਬਾਂ ਨਿਕਿਟੇਸ ਮੁਕੇ ਕੈਬਨਟ ਦੇ ਹੋਰ ਮੈਂਬਰ ਵੀ ਮੌਜੂਦ ਰਿਹਾ ਰਾਸ਼ਟਰਪਤੀ ਐਂਤਵਾਰ ਨੂੰ ਅਲਜੇਰੀਆ ਮਰੀਚਾਨੀਆ ਤੇ ਮਲਾਵੀ ਦੀ ਆਪਣੀ ਧਿਕਾਰ ਦੀ ਯਾਤਰਾ ਲਈ ਰਵਾਨਾ ਹੋਇਆ ਹੈ ਪੱਛਮੀ ਬੰਗਾਲ ਚ ਮੰਗਾਂ ਨੂੰ ਲੈ ਕੇ ਭੋਖੜ ਤਾਲ ਤੇ ਬੈਠੇ ਡਾਕਟਰ ਨਾਲ ਇੱਕਜੁੱਟਤਾ ਪ੍ਰਗਟਾਉਣ ਦੇ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਨੇ ਦੇਸ਼ ਭਾਰ ਵਿੱਚ ਚੋਣਵੀਆਂ ਸੇਵਾਵਾਂ ਦੇ ਬਾਈਕਾਰਡ ਦਾ ਸੱਦਾ ਦਿੱਤਾ ਹੈ ਹਾਰਜਿਕਰ ਮੈਡੀਕਲ ਕਾਲਜ ਦੀ ਟ੍ਰੀਨੀ ਡਾਕਟਰ ਦੀ ਜ਼ਬਰ ਜਨਾਹ ਮਗਰੋਂ ਹਤਿਆਤੋਂ ਨਾਰਾਜ਼ ਡਾਕਟਰ ਪਿਛਲੇ ਪੈਂਡ ਦਿਨਾਂ ਤੋਂ ਸੁਰੱਖਿਅਤ ਕੰਮਕਾਜੀ ਹਾਲਾਤ ਬਣਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ ਜਿੱਥੇ ਬੰਦੀ ਨੇ ਸਾਰੇ ਰੈਜੀਡੈਂਟ ਡਾਕਟਰਾਂ ਤੇ ਮੈਡੀਕਲ ਐਸੋਸੀਏਸ਼ਨਾਂ ਨੂੰ ਸੱਦਾ ਬਾਦ ਇਤ ਹੈ ਕਿ ਉਸੇ ਸੇਵਾਵਾਂ ਦਾ ਬਾਈਕਾਡ ਕਰਕੇ ਕੋਲਕਾਤਾ ਚ ਭੋਖਾ ਹੜਤਾਲ ਤੇ ਬੈਠੇ ਡਾਕਟਰਾਂ ਨਾਲ ਇੱਕ ਜੁੜਤਾ ਬਰਗਟਾਣ ਉਦੋਂ ਸਥਾਨਕ ਹਸਪਤਾਲ ਵਿੱਚੋਂ ਵਾਪਰੀ ਘਟਨਾ ਤੋਂ ਬਾਅਦ ਆਪਣੀਆਂ ਮੰਗਾਂ ਮੰਨਵਾਉਣ ਲਈ ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰਾਂ ਦੀ ਭੋਖਾ ਹੜਤਾਲ 9ਵੇਂ ਦਿਨ ਵੀ ਜਾਰੀ ਰਹੀ ਹੈ ਸੂਬੇ ਦੇ ਉੱਤਰੀ ਹਿੱਸੇ ਦੀ ਕੋਲਕਾਤਾ ਤੇ ਸਿਲੀਗੂਰੀ ਸ਼ਹਿਰ ਵਿੱਚੋਂ ਭੋਖਾ ਹੜਤਾਲ ਤੇ ਬੈਠੇ ਜੂਨੀਅਰ ਡਾਕਟਰਾਂ ਜੋ ਤਿੰਨ ਦਿਨ ਦੀ ਹਾਲਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅੰਦੋਲਨਕਾਰੀ ਜੁਨੀਅਰ ਡਾਕਟਰਜ਼ ਫੋਰਮ ਦੇ ਇੱਕ ਆਗੂ ਨੇ ਕਿਹਾ ਕਿ ਉਹਨਾਂ ਦੀ ਹਾਲਤ ਵਿਗੜ ਰਹੀ ਹੈ ਪਰ ਸੁਪਾ ਪ੍ਰਸ਼ਾਸਨ ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਇਸ ਦੌਰਾਨ ਆਰਚੀਕਲ ਹਸਪਤਾਲ ਦੇ ਸਾਬਕਾ ਵਿਦਿਆਰਥੀਆਂ ਦਾ ਇੱਕ ਗਰੁੱਪ ਭੁਖ ਹੜਤਾਲ ਤੇ ਬੈਠੇ ਵਿਦਿਆਰਥੀਆਂ ਨਾਲ ਇੱਕ ਜੁੜਤਾ ਪ੍ਰਗਟਾਉਣ ਦੀ ਮੌਕੇ ਤੇ ਪਹੁੰਚਿਆ ਹਾਲਾਂਕਿ ਉਹਨਾਂ ਨੂੰ ਅਦਾਲਤ ਦੇ ਹੁਕਮਾਂ ਤੋਂ ਬਾਅਦ ਹਸਪਤਾਲ ਚ ਸੁਰੱਖਿਆ ਡਿਊਟੀ ਤੇ ਤਾਇਨਾਤ ਸੀਆਈਐਸਐਫ ਦੇ ਜਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ ਐਨ ਸਾਈ ਬਾਬਾ ਜਿਨ੍ਹਾਂ ਦਾ ਸਰਕਾਰੀ ਹਸਪਤਾਲ ਦੇ ਵਿੱਚ ਦਿਹਾਂਤ ਹੋਇਆ ਸੀ ਤੇ ਪਰਿਵਾਰ ਨੇ ਮ੍ਰਿਤਕ ਦੇ ਸਰਕਾਰੀ ਗਾਂਧੀ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੀ ਹੈ ਜਦੋਂ ਕਿ ਅੱਖਾਂ ਪਹਿਲਾਂ ਹੀ ਐਲ ਵੀ ਪ੍ਰਸਾਦ ਲਈ ਆਈ ਹਸਪਤਾਲ ਨੂੰ ਦਾਨ ਕੀਤੇ ਜਾਂ ਚੁੱਕੀਆਂ ਸਾਈ ਬਾਬਾ ਨੇ 2 ਹਫ਼ਤੇ ਪਹਿਲਾਂ ਪਿੱਤੇ ਵਿੱਚ ਪਥਰੀ ਦਾ ਆਪਰੇਸ਼ਨ ਕਰਵਾਇਆ ਸੀ ਤੇ ਆਪਰੇਸ਼ਨ ਮਗਰੋਂ ਆਈਆਂ ਦਿੱਕਤਾਂ ਨਾਲ ਜੂਝ ਰਹੇ ਸੀ ਸਾਬਕਾ ਪ੍ਰੋਫੈਸਰ ਨੂੰ ਅਜੇ ਤੱਕ 6 ਮਹੀਨੇ ਪਹਿਲਾ ਮਾਉ ਆਦਿ ਨਾਲ ਸੰਬੰਧ ਕੇਸ ਵਿੱਚ ਰਿਹਾਈ ਮਿਲੀ ਸੀ ਸਾਈ ਬਾਬਾ ਨੇ ਰਾਤ 9 ਵਜੇ ਦੇ ਕਰੀਬ ਆਖਰੀ ਸਾਲ ਇਹ ਉਹ ਪਿਛਲੇ ਵੀ ਦਿਨਾਂ ਤੋਂ ਨਿਜ਼ਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਚ ਦਾਖਲ ਸੀ ਫੋਮ ਬੇ ਹਾਈ ਕੋਰਟ ਨੇ ਨਾਗਪੁਰ ਬੈਂਚ ਨੇ ਸਾਲ ਮਾਰਚ ਮਹੀਨੇ ਸਾਈ ਬਾਬਾ ਤੇ ਪੰਜ ਹੋਰ ਨਾਲੋਂ ਗਧਿਤ ਮੌਜੂਦੀਆਂ ਨਾਲ ਸੰਬੰਧ ਕੇਸ ਵਿੱਚ ਇਸ ਬਿਨਾ ਦੇ ਰਹਾ ਕ ਦਿੱਤਾ ਸੀ ਕਿ ਸਦਗਾਸਾ ਤੇਰੇ ਉਨਾਂ ਖਿਲਾਫ ਦੋਸ਼ ਸਾਬਤ ਕਰਨ ਚ ناکਾਮ ਰਹੀ ਸੀ ਕੋਰਟ ਨੇ ਸਾਈ ਬਾਬਾ ਦੀ ਉਮਰ ਕੈਦ ਵੀ ਰੱਦ ਕਰ ਦਿੱਤੀ ਸੀ ਦਿੱਲੀ ਪੁਲਿਸ ਨੇ ਲਦਾਖ ਨੂੰ ਸੰਵਿਧਾਨ ਦੀ 6ਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਲਈ 6 ਅਕਤੂਬਰ ਤੋਂ ਲਦਾਖ ਭਵਨ ਦੇ ਬਾਹਰ ਅਲਮਿੱਥੇ ਸਮੇਲੀ ਪੋਖਰਤਾ ਦੇ ਬੈਠੇ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਦੇ ਕਈ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ। ਇਹਨਾਂ ਚੋਂ ਇੱਕ ਪ੍ਰਦਰਸ਼ਨਕਾਰੀ ਅਨੁਸਾਰ ਹਿਰਾਸਤ ਚ ਲਏ ਗਏ ਵਿਅਕਤੀਆਂ ਨੂੰ ਮੰਦਰ ਮਾਰਗ ਥਾਣੇ ਲੈ ਜਾਇਆ ਗਿਆ ਹੈ। ਪਹਿਲਾਂ ਪੁਲਿਸ ਨੇ ਕਿਹਾ ਸੀ ਕਿ 19 ਸੋਨਮ ਵਾਂਗਚੁਕ ਨੂੰ ਵੀ ਹਿਰਾਸਤ ਚ ਲਿਆ ਪਰ ਬਾਅਦ ਵਿੱਚ ਨਵੀਂ ਦਿੱਲੀ ਦੇ ਜੀਸੀਪੀ ਨੇ ਸਪੱਸ਼ਟ ਕੀਤਾ ਹੈ ਕਿ ਸੋਨਮ ਵਾਂਗਚੁਕ ਹਿਰਾਸਤ ਦੇ ਵਿੱਚ ਲਾਏ ਗਏ ਪ੍ਰਦਰਸ਼ਨਕਾਰੀਆਂ ਚ ਸ਼ਾਮਿਲ ਨਹੀਂ ਹੈ ਪੁਲਿਸ ਦੇ ਡਿਪਟੀ ਕਮਿਸ਼ਨਰ ਦੇ ਬੇਸ਼ ਮਹਲਾਣੀ ਕਹਿ ਕੇ ਲਦਾਖ ਪਵਨ ਦੇ ਬਾਰੋਂ ਕੁਝ ਵਿਦਿਆਰਥੀ ਹਿਰਾਸਤ ਵਿੱਚ ਲੈ ਗਿਆ ਸੋਨੂ ਵਾਂਗਚੂ ਕੋਨਾ ਚ ਸ਼ਾਮਿਲ ਨਹੀਂ ਹੈ ਇਸ ਦੌਰਾਨ ਵਾਂਗਚੂ ਨੇ ਇੱਕ ਵੀਡੀਓ ਵੀ ਜਾਰੀ ਕਰਕੇ ਦੱਸਿਆ ਹੈ ਕਿ ਦਿੱਲੀ ਪੁਲਿਸ ਨੇ ਉਹਨਾਂ ਦੇ ਕੇ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਉਹਨਾਂ ਕਹਿ ਕੇ ਵੱਡੀ ਗਿਣਤੀ ਲੋਕਾਂ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਆ ਰਹੀ ਹੈ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਸੁਚ ਲਿਆ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਸ਼ਾਂਤਮਈ ਪ੍ਰਦਰਸ਼ਨ ਵੀ ਨਹੀਂ ਕੀਤਾ ਜਾ ਸਕਦਾ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਨੇ ਜੰਤਰ ਮੰਦਰ ਤੇ ਧਰਨਾ ਦੇ ਲਈ ਅਰਜੀ ਦਾਇਰ ਕੀਤੀ ਆ ਉਹਨਾਂ ਦੀ ਅਰਜੀ ਤੇ ਵਿਚਾਰ ਚੱਲ ਰਹੀ ਹੈ ਉਹਨਾਂ ਨੂੰ ਕਿਸੇ ਹੋਰ ਥਾਂ ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਹੈ ਕੁਝ ਵਿਅਕਤੀਨ ਹਿਰਾਸਤ ਚ ਲਿਆ ਗਿਆ ਜਿਨ੍ਹਾਂ ਨੂੰ ਜਲਦੀ ਹੀ ਰਿਹਾ ਕਰ ਦਿੱਤਾ ਜਾਵੇਗਾ ਅਸਾਮ ਦੇ ਵਿੱਚ ਸਵੇਰੇ ਆਈ ਭੁਚਾਲ ਨੇ ਰਾਜ ਦੇ ਉੱਤਰ ਕੇਂਦਰੀ ਹਿੱਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਲੈਕਟ੍ਰਿਕ ਪੈਮਾਨੇ ਤੇ ਭੁਚਾਲ ਦੀ ਤੀਬਰਤਾ 4.2 ਮਾਪੀ ਗਈ ਹੈ ਹੁਣ ਜਹਾਲ ਹੀ ਦੀ ਕੜੀ ਕਿਸੇ ਜਾਣੀ ਹਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਸਿਸਮੋਲੋਜੀ ਬਾਰੇ ਕਾਮਿਟ ਸੈਂਟਰ ਦੀ ਰਿਪੋਰਟ ਦੇ ਅਨੁਸਾਰ ਸਵੇਰੇ 8:00 ਵਜੇ ਬ੍ਰਹਮਪੁੱਤਰ ਦੇ ਉਤਰੀ ਕੰਢੇ ਤੇ ਪੈਂਦੇ ਉਦਨਗੁਰੀ ਜ਼ਿਲ੍ਹੇ ਵਿੱਚ ਜ਼ਮੀਨ ਤੋਂ 15 ਕਿਲੋਮੀਟਰ ਦੀ ਦੂਰਾਈ ਚੋਂ ਭੁਚਾਲ ਦੇ ਝਟਕੇ ਰਿਕਾਰਡ ਕੀਤੇ ਗਏ ਹਨ ਭੁਚਾਲ ਦਾ ਕੇਂਦਰ ਅਸਾਮ Arunachal ਪ੍ਰਦੇਸ਼ ਬਾਰਡਰ ਦੇ ਗੋਹਾਟੀ ਤੋਂ 105 ਕਿਲੋਮੀਟਰ ਤੇ ਤੇਜਪੁਰ ਤੋਂ 48 ਕਿਲੋਮੀਟਰ ਦੂਰੀ ਉਤੇ ਸੀ ਗਵਾਂਡੀਦਾਰਾਂਗ ਤਾਮਲਪੁਰ ਸੁਨੀਤਪੁਰ ਕਾਮਰੂਪ ਤੇ ਵਿਸ਼ਨਵਾਥ ਜਿਲ੍ਹਾ ਬ੍ਰਹਮਪੁੱਤਰ ਦੇ ਦੱਖਣੀ ਕੰਢੇ ਮੋਰੀ ਕਾਉਂ ਤੇ ਨਗਾਉਂ ਵਿੱਚ ਵੀ ਪਚਾਲ ਦੇ ਛਟਕੇ ਮਹਿਸੂਸ ਕੀਤੇ ਗਏ ਆ ਪੱਛਮੀ ਅਰਨਾਚਲ ਪ੍ਰਦੇਸ਼ ਤੇ ਪੂਰਬੀ ਪੁਟਾਨ ਦੇ ਕੁਝ ਇਲਾਕਿਆਂ 'ਚ ਵੀ ਛਟਕੇ ਮਹਿਸੂਸ ਕੀਤੇ ਗਏ ਆ ਜੰਮੂ ਕਸ਼ਮੀਰ ਚੋ ਵਿਧਾਨ ਸਭਾ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਹੁਣ ਸਰਕਾਰ ਬਣਾਉਂਦੀਆਂ ਤਿਆਰੀਆਂ ਚੱਲ ਰਹੀਆਂ ਇਹਦੇ ਨਾਲ ਹੀ ਕਾਟੀ ਚੋ 6 ਸਾਲਾਂ ਤੋਂ ਲਾਗੂ ਰਾਸ਼ਟਰਪਤੀ ਸ਼ਾਸਨ ਨੂੰ ਹੁਣ ਹਟਾ ਲਿਆ ਗਿਆ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਚ ਨੈਸ਼ਨਲ ਕਾਨਫਰੰਸ ਗਰਜੋੜ ਨੇ ਜਿੱਤ ਹਾਸਲ ਕੀਤੀ ਹੈ ਇਸਨੇ 49 ਸੀਟਾਂ ਜਿੱਤੀਆਂ ਜਦਕਿ ਭਾਜਪਾ ਦੇ ਖਾਤੇ ਚ 29 ਸੀਟਾਂ ਆ ਜੰਮੂ ਕਸ਼ਮੀਰ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ 10 ਸਾਲ ਪਹਿਲਾਂ 2014 ਚ ਹੋਈਆਂ ਸੀ ਚੋਣਾਂ ਤੋਂ ਬਾਅਦ ਭਾਜਪਾ ਤੇ ਪੀਜੀਪੀ ਰੇਕਾਰ ਜੋੜ ਕਰਕੇ ਸਰਕਾਰ ਬਣਾਈ ਆ ਪਰ 2018 ਵਿੱਚ ਭਾਜਪਾ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਸਰਕਾਰ ਡੇਗ ਗਈ ਸੀ ਤੇ ਮਹਿਬੂਬਾ ਮੁਫਤੀ ਨੇ ਮੁੱਖ ਮੰਤਰੀ ਦੇ ਅਹਦਿ ਤੋਂ ਅਸਤੀਫਾ ਦੇ ਦਿੱਤਾ ਸੀ ਉਦੋਂ ਤੋਂ ਜੰਮੂ ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਲਗਾਇਆ ਗਿਆ ਸੀ ਜਿਸ ਨੂੰ ਹੁਣ ਹਟਾ ਦਿੱਤਾ ਗਿਆ ਚੋੜਾ 'ਚ ਸਭ ਤੋਂ ਵੱਡੀ ਪਾਰਟੀ ਵਜੂਬਰੀ ਨੈਸ਼ਨਲ ਕਾਨਫਰੰਸ ਨੂੰ ਆਜ਼ਾਦ ਵਿਧਾਇਕਾਂ ਦਾ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ ਹੁਣ ਜੰਮੂ ਦੀ ਸ਼ੰਭੋ ਵਿਧਾਨ ਸਭਾ ਤੋਂ ਚੋਣ ਲੜਨ ਵਾਲੇ ਆਜ਼ਾਦ ਆਗੁਸਤੀ ਸ਼ਰਮਾ ਨੈਸ਼ਨਲ ਕਾਨਫਰੰਸ ਮਾਮਲ ਹੋਇਆ ਆਪ ਦੇ ਕੌਮੀ ਕੰਮਿਨਰ ਰਵਿੰਦ ਕੇ ਜੀਵਾ ਨੇ ਡੋਡਾਚ ਰਾਏ ਨੂੰ ਸੰਬੋਧਨ ਕਰਦੇ ਕਹਿ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਉਂਦਾ ਐਨਸੀ ਦੀ ਪੂਰੀ ਮਦਦ ਕਰੇਗੀ ਹੁਣ ਪੱਛਮੀ ਬੰਗਾਲ ਦੀ ਕਲਿਆਣੀ ਜੀ ਐਨ ਐਮ ਹਸਪਤਾਲ ਦੇ 75 ਤੋਂ ਆ ਸੀਨੀਅਰ ਡਾਕਟਰਾਂ ਨੇ ਅੱਜਕਰ ਹਸਪਤਾਲ ਦੀ ਮ੍ਰਿਤਕ ਮੈਲਾ ਡਾਕਟਰ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਸਮੂਹਿਕ ਅਸਤੀਫੇ ਦੇ ਦੀ ਧਮਕੀ ਦਿੱਤੀ ਹੈ ਨਾਲ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਮਰਨੁਆਰ ਤੇ ਬੈਠੇ ਜੂਨੀਅਰ ਡਾਕਟਰ ਨੂੰ ਹਮਾਇਤ ਦੇ ਦਾ ਐਲਾਨ ਵੀ ਕੀਤਾ ਹੈ ਹਸਪਤਾਲ ਦੇ ਕੋਲ 70 ਡਾਕਟਰਾਂ ਨੇ ਪੱਛਮੀ ਬੰਗਾਲ ਹੈਲਥ ਯੂਨੀਵਰਸਿਟੀ ਦੇ ਰਜਿਸਟਰਾਰਟ ਨੂੰ ਈਮੇਲ ਰਾਹੀਂ 14 ਅਕਤੂਬਰ ਤੋਂ ਕੰਮ ਬੰਦ ਕਰਨ ਦੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ ਹੁਣ ਇਸ ਕਦਮ ਪਿੱਛੇ ਮਾਨਸਿਕ ਸ਼ਾਂਤੀ ਮੌਜੂਦਾ ਸਿੱਧੀ ਚ ਕੰਮ ਕਰਨ ਵਿੱਚ ਅਸਮਰਥਾ ਦਾ ਹਵਾਲਾ ਦਿੱਤਾ ਉਹਨਾਂ ਕਹਿ ਕੇ ਮੰਨਵਾਤੇ ਬੈਠੇ ਜੁਨੀ ਡਾਕਟਰਾਂ ਦੀ ਸਿਹਤ ਵਿਗੜ ਰਹੀ ਹੈ ਉਹਨਾਂ ਇਸ ਮੁੱਦੇ ਨੂੰ ਹੱਲ ਕਰਨ ਲਈ ਸੁਭਾ ਸਰਕਾਰ ਵੱਲੋਂ ਕੁਝ ਵੀ ਨਾ ਕਰਨ ਤੇ ਚਿੰਤਾ ਪ੍ਰਗਟਾਈ ਹੈ ਉਸ ਇਸ ਕਤਰ ਐਨਐਸ ਨਿਗਮ ਨੂੰ ਤੁਰੰਤ ਹਟਾਉਣ ਕੰਮ ਵਾਲੀ ਥਾਂ ਦੀ ਸੁਰੱਖਿਆ ਯਕੀਨੀ ਬਣਾਤੇ ਹੋਰ ਪਾਵਾਂ ਨੂੰ ਲਾਗੂ ਕਰਨ ਦੀ ਵੀ ਮੰਗ ਕਰ ਰਹੀ ਹੈ ਮਧਪਧੇਸ਼ ਦੇ ਸ਼ਤਰਪੁਰ ਜ਼ਿਲ੍ਹੇ ਵਿੱਚ ਸਵੇਰੇ ਗੀਤਾ ਜਯੰਤੀ ਐਕਸਪ੍ਰੈਸ ਦੇ ਇੱਕ ਡੱਬੇ 'ਚ ਅੱਗ ਲੱਗੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ 'ਚ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਤੇ ਅੱਗ ਤੇ ਤੁਰੰਤ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਮੁਤਾਬਕ ਜਿਲ੍ਹਾ ਹੈੱਡਕੁਆਰਟਰ ਤੋਂ 25 ਕਿਲੋਮੀਟਰ ਦੂਰ ਈਸ਼ਾਨ ਨਗਰ ਥਾਣੇ ਵਿੱਚ ਸਵੇਰੀ ਰੇਲਗੱਡੀ ਦੇ ਇੱਕ ਡੱਬੇ ਦੇ ਵਿੱਚ ਅੱਗ ਲੱਗੀ ਹੈ। ਸਟੇਸ਼ਨ ਮਾਸਟਰ ਅਰਸ਼ੀਸ਼ ਯਾਦਵ ਨੇ ਦੱਸਿਆ ਕਿ ਇਸ ਘਟਨਾ ਕਾਰਨ ਰੇਲਗੱਡੀ ਲਗਭਗ 1 ਘੰਟਾ ਦੇਰੀ ਨਾਲ ਪਹੁੰਚੀ ਹੈ। ਇਸ ਦੌਰਾਨ ਮੁੰਬਈ ਸੈਂਟਰਲ ਤੋਂ ਕਾਰ ਛੱਡ 'ਚ ਦਾਖਲ ਹੋਣ ਸਮੇਂ ਦੁਪਹਿਰ ਇਕਾ ਲੋਕਰ ਰੇਲ ਗੱਡੀ ਦੇ ਦੋ ਡੱਬੇ ਪਾਟੜੀ ਤੋਂ ਉਤਰ ਗਏ ਜਿਸ ਦੇ ਕਾਰਨ ਪੱਛਮੀ ਰੇਲਵੇ ਦੀਆਂ ਸੇਵਾਵਾਂ ਤੇ ਅਸਰ ਪਿਆ ਹੈ ਇਹ ਸੀ ਹੁਣ ਤੱਕ ਦੀਆਂ ਅਪਡੇਟਸ ਮੈਨੂੰ ਆਪਸੇ ਤੋਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ